ਵਾਜੀ ਕਾ ਖਾਲਸਾ ਵਾਜੀ ਕੀ ਫਤਿਹ ਮੈਂ ਨਿਸਪਾਲ ਜਾਲੀ ਐਂਡ ਮਾਈ ਨੇਮ ਇਜ਼ ਪ੍ਰੀਤੀ ਕੌਰ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ ਦ ਲੇਟ ਸ਼ੋ ਵੈਲਕਮ ਅਗੇਨ ਟੂ ਆਰ ਲੇਟ ਸ਼ੋ ਵੇਅਰ ਵੀਵ ਗਾਟ ਆਰ 549th ਐਨੀਵਰਸਰੀ ਆਫ ਗੁਰੂ ਨਾਨਕ ਦੇਵ ਜੀਜ਼ ਬਰਥਡੇ ਸੈਲੀਬ੍ਰੇਸ਼ਨ ਬਿਲਕੁਲ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਬਹੁਤ ਇੰਪੋਰਟੈਂਟ ਗੱਲ ਹੈ ਬਿਕੋਜ਼ ਸਮਾਂ ਕੁਛ ਇੱਦਾਂ ਦਾ ਹੈਗਾ ਕੱਲ੍ਹ ਨੰਗਾ ਕੀਰਤਨ ਹੋਇਆ ਸੀ ਸਾਊਥ ਹਾਲ ਦੇ ਵਿੱਚ ਇਹ ਅਸੀਂ ਸਾਰਾ ਵੀਕ ਮਿਲਾਉਂਦੇ ਰਹਾਂਗੇ ਬੜਾ ਖੁਸ਼ੀਆਂ ਦਾ ਦਿਨ ਹੈਗਾ ਖੁਸ਼ੀਆਂ ਦਾ ਵੀਕ ਹੈਗਾ ਐਸੇ ਸਿਲਸਿਲੇ ਵਿੱਚ ਨਾ ਫਸਟ ਟਾਈਮ ਐਵਰ ਅਕਾਲ ਚੱਲਣ ਜਾ ਰਹੀ ਹੈ ਫਲੈਰੋ ਇਨ ਇਟਲੀ ਜਿੱਥੇ ਕਿ 23, 24, 25 ਨੂੰ ਨਾ ਆਨੰਦ ਕਾ ਉੱਥੋਂ ਇੱਕ ਅਖੰਡ ਪਾਠ ਹੋਣਗੇ ਅਤੇ ਉਹ ਤੁਹਾਨੂੰ ਦਿਖਾਇਆ ਜਾਏਗਾ ਲਾਈਵ ਟੀ ਵੀ ਦੇ ਉੱਪਰ ਅਤੇ ਮੈਂ ਚਾਹਾਂਗਾ ਕਿ ਜਿੰਨੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਉਹਦੇ 'ਚ ਹਿੱਸਾ ਪਾਉਣਾ ਚਾਹੁੰਦੇ ਹੋ ਪਲੀਜ਼ ਤੁਸੀਂ ਕਾਲ ਕਰਕੇ ਅਕਾਲ ਚੱਲਣ ਨੂੰ ਸਾਡੇ ਹੈੱਡ ਆਫਿਸ ਰਿੰਗ ਕਰਕੇ ਆਪਣਾ ਤੁਸੀਂ ਜਿੱਦਾਂ ਦੇ ਵੀ ਤੁਸੀਂ ਸੇਵਾ ਪਾਉਣੀ ਚਾਹੁੰਦੇ ਹੋ ਕਾਲ ਜ਼ਰੂਰ ਕਰਿਓ ਪ੍ਰੀਤੀ ਉਹਦੇ ਵਿੱਚ ਬਿਕੋਜ਼ ਪ੍ਰੀਤੀ ਇਹਦਾ ਫਸਟ ਟਾਈਮ ਹੈ ਕਿ ਅਕਾਲ ਚੱਲਣ ਬਾਹਰ ਜਾ ਕੇ ਇੱਕ ਖੰਡ ਪਾਠ ਉੱਥੋਂ ਲਾਈਵ ਦਿਖਾ ਰਹੇ ਹਾਂ ਅਸੀਂ ਅਤੇ ਮੈਂ ਦੱਸਦਾ ਜਮਾਂ ਕਲੀ ਬੁੜੀ ਕਹਿਣ ਦਾ ਮਤਲਬ ਨਹੀਂ ਹੁੰਦਾ ਪਰ ਫਾਇਦਾ ਜੋ ਹਕੀਕਤ ਹੈ ਉਹ ਸਹੀ ਹੈ ਕਿ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਆਟੋ ਦਾ ਸਟੇਸ਼ਨ ਬਹੁਤ ਖਰਚਾ ਹੁੰਦਾ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਸਟੂਡੀਓ ਦਾ ਇਕੱਠਾ ਕਰਕੇ ਉਹ ਲੈ ਕੇ ਜਾਣਾ ਪੈਂਦਾ ਫਿਰ ਉੱਥੇ ਕਈ ਦਫ਼ਾ ਫ੍ਰੀਕੁਐਂਸੀ ਪ੍ਰੋਪਰ ਨਹੀਂ ਹੁੰਦੀ ਉਹ ਹਰ ਚੀਜ਼ ਦੇ ਮੱਦੇਨਜ਼ਰ ਰੱਖ ਕੇ ਕਿੰਨਾ ਇਨਫੈਕਟ ਨਾ ਜੇ ਦੋ ਇੱਕ ਬੰਦਾ ਹੁੰਦਾ ਉਹਦਾ ਸਟੈਂਡ ਬਾਈ ਦੋ ਬੰਦੇ ਨਾਲ ਜਾਂਦੇ ਨੇ ਬੇਸਿਕਲੀ ਕਿ 8-10 ਜਾਣੇ ਸਟਾਫ ਹੋਣਗੇ ਉਸ ਵੀਕਐਂਡ 23, 24, 25 ਨੂੰ ਸਾਡਾ ਅਕਾਲ ਚੈਨਲ ਹੈੱਡ ਆਫਿਸ ਬਰਮਿੰਗਮ 'ਚ ਕੋਈ ਨਹੀਂ ਹੋਏਗਾ ਸੀਨੀਅਰ ਮੈਨੇਜਮੈਂਟ ਸਾਰੇ ਦੇ ਸਾਰੇ ਸਾਡੇ ਜਿਹੜੇ ਸਰਦਾਰ ਅਮਰਿਕ ਸਿੰਘ ਖੁੰਨਰ ਦੇ MD ਸਾਡੇ ਜਗਦੀਪ ਸਿੰਘ ਚਾਲਕ ਕੰਟਰੋਲਰ ਅਸਿਸਟੈਂਟ ਚਾਲਕ ਕੰਟਰੋਲਰ ਰਵੀ ਜੀ ਉਹ ਸਭ ਜਾ ਰਹੇ ਨੇ ਉਹ ਸਾਡੇ ਕੈਮਰਾਮੈਨ ਫਰੋਮ ਸੁਖਦੇਵ ਲੰਡਨ ਸਟੂਡੀਓ ਅਨਫੋਰਚੁਨਲੀ ਅਸੀਂ ਇਕੱਲੇ ਰਹਿ ਜਾਂਗੇ ਘਰ ਦੇ ਵਿੱਚ ਇੱਥੇ ਰੌਣਕ ਹੋਏਗੀ ਇਹ ਸਾਰੀ ਸੰਗਤ ਸਾਰੇ ਤੁਹਾਡੇ ਲਈ ਹੋ ਰਿਹਾ ਅਕਾਲ ਚੱਲ ਨੇ ਬੜਾ ਵੱਡਾ ਉਪਰਾਲਾ ਚੁੱਕਿਆ ਬੜੀ ਵੱਡੀ ਰਿਸਪੋਂਸੀਬਿਲਟੀ ਹੈ ਔਰ ਤੁਹਾਡਾ ਸਾਥ ਹੈ ਜੋ ਸਾਨੂੰ ਜ਼ਰੂਰ ਚਾਹੀਦਾ ਐਸੇ ਸਿਲਸਿਲੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਹਰ ਵੀਕ ਅਸੀਂ ਹਰ ਦਿਨ ਮਿਲਾਵਾਂਗੇ ਇਹ ਦਿਹਾੜਾ ਤੁਹਾਡੀ ਡਿਮਾਂਡ ਦੇ ਨਾਲ ਸਾਡੇ ਨਾਲ ਖਾਸ ਬੰਦੇ ਜਿਹੜੇ ਹਮੇਸ਼ਾ ਅਕਾਲ ਚੱਲ ਨੂੰ ਸਪੋਰਟ ਕਰਦੇ ਨੇ ਆਪਣੇ ਸਰਦਾਰ ਰਘਬੀਰ ਸਿੰਘ ਰਾਹੀ ਅਤੇ ਸੁਰਜੀਤ ਸਿੰਘ ਰਾਹੀ ਭਾਅ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਭਾਅ ਜੀ ਤੁਹਾਡੇ ਨਾਲ ਲਾਤਾ ਕਹਿੰਦੇ ਨਾ ਸੋਲੇ ਤੇ ਸੁਹਾਗ ਅਤੇ ਇਹਦੇ ਨਾਲ ਬੈਟਰ ਹੋਰ ਮੈਂ ਕੀ ਮੰਗ ਸਕਦਾ ਦੱਸੋ ਵੈਸੇ ਇਹ ਤਾਂ ਜੀ ਤੁਹਾਡਾ ਵੱਡਾਪਣ ਹੈ ਕਿ ਤੁਸੀਂ ਸਾਨੂੰ ਦੋਨਾਂ ਨੂੰ ਇੱਥੇ ਫਿਰ ਬੁਲਾਇਆ ਔਰ ਖਾਸ ਤੌਰ 'ਤੇ ਅੱਜ ਕਿ ਜਦਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਬਿਲਕੁਲ ਹਾਲਾਂਕਿ ਸਿੱਖ ਜਗਤ ਜਾਣਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੋ ਜਨਮ ਦਿਨ ਮਨਾਏ ਜਾਂਦੇ ਨੇ ਇੱਕ ਅਪ੍ਰੈਲ ਦੇ ਵਿੱਚ ਤਾਂ ਇੱਕ ਫਿਰ ਨਵੰਬਰ ਦੇ ਵਿੱਚ ਬੋਲਾ ਅੱਛਾ ਭਾਅ ਜੀ ਹੁਣੀ ਤੋਂ ਦੇਖੋ ਇਹ ਬੜਾ ਵੱਡਾ ਦਿਨ ਹੈ ਇਹ ਸਾਰੇ ਹਫ਼ਤੇ ਇੱਦਾਂ ਚੱਲਦੇ ਰਹਿਣਾ ਆਪਣੀ ਪਬਲਿਕ ਡਿਮਾਂਡ ਦੇ ਨਾਲ ਅੱਜ ਮੰਡੇ ਹੈ ਤੁਹਾਡਾ ਸਾਰਿਆਂ ਨੂੰ ਪਹਿਲਾਂ ਸਵਾਗਤ ਕਰਦੇ ਹਾਂ ਅਸੀਂ ਸਟਾਰਟ ਕਰੀਏ ਅੱਜ ਠੀਕ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਕੀ ਆਪਣੇ ਕੀ ਸਾਡੀ ਸੇਵਾ ਅੱਜ ਅਸੀਂ ਤੁਹਾਨੂੰ ਕੁਛ ਥੋੜ੍ਹੇ ਜਿਹੇ ਗੁਰਬਾਣੀ ਸ਼ਬਦ ਸੁਣਾਵਾਂਗੇ ਠੀਕ ਹੈ ਅਤੇ ਕੁਝ ਧਾਰਮਿਕ ਗੀਤ ਸੁਣਾਵਾਂਗੇ ਹਾਂਜੀ ਔਰ ਇਹਨਾਂ ਦਾ ਸੰਬੰਧ ਸਾਰਿਆਂ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਹੋਏ ਬਿਲਕੁਲ ਬਹੁਤ ਅੱਛੇ ਭਾਅ ਜੀ ਬਹੁਤ ਅੱਛੇ ਮੈਂ ਚਾਹਾਂਗਾ ਸਾਡੇ ਸਾਰੇ ਜੋ ਤੁਸੀਂ ਦੇਖ ਰਹੇ ਹੋ ਆਨੰਦ ਮਾਣੋਗੇ ਚਲੋ ਭਾਅ ਜੀ ਆਪਾਂ ਗੱਲਾਂ ਕੱਟ ਕੇ ਆਪਾਂ ਸ਼ੁਰੂ ਕਰੀਏ ਕੰਮ ਬਸ ਉਹੀ ਮੈਂ ਕਹਿਣ ਵਾਲਾ ਹੀ ਸੀ ਮੈਂ ਸ਼ੁਰੂ ਕਦੋਂ ਕਰਾਂ ਸ਼ੁਰੂ ਕਰੇ ਆਪਾਂ ਅੱਛਾ ਜੀ ਅਤੇ ਸਾਰਿਆਂ ਨੂੰ ਪਹਿਲਾਂ ਸ਼ਬਦ ਸੁਣਾਉਂਦੇ ਹਾਂ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਜੀ ਅਤੇ ਸਿੱਖ ਜਗਤ ਜਾਣਦਾ ਹੈ ਕਿ ਭਾਈ ਗੁਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸੀਗੇ ਜੀ ਅਤੇ ਉਹਨਾਂ ਨੇ ਇਹ ਸ਼ਬਦ ਲਿਖਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸੋ ਉਹ ਮੈਂ ਤੁਹਾਡੇ ਸਾਹਮਣੇ ਰੱਖ ਠੀਕ ਹੈ ਕਲ ਯੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ
ਸ਼ਬਦ ਜਗ ਚਾਨਣ ਹੋ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਿੰਘ ਬੁਕੇ ਪੰਨੀ ਜਾਏ ਨ ਤੀਰ ਤਰੋ ਸਿੰਘ ਬੁਕੇ ਮੇਰੇ ਗਾਵਲੀ ਪੰਨੀ ਜਾਏ ਨ ਤੀਰ ਤਰੋ ਜਿੱਥੇ ਧਰੇ ਪੂਜਾ ਆਸਣ ਥਾਪਣ ਸੋ ਪੂਜਾ ਆਸਣ ਥਾਪਣ ਸੋ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਆਸਣ ਸਭ ਜਗਤ ਦੇ ਨਾਨਕ ਆਦਮਤ ਜੇ ਕੋ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤ ਜੇ ਕੋ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ ਹੋਵੇ ਕੀਰਤਨ ਸਦਾ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਹੋ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋ ਗੁਰਮੁਖ ਪ੍ਰਗਟ ਹੋ ਗੁਰਮੁਖ ਕਲ ਵਿੱਚ ਪ੍ਰਗਟ ਹੋ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ
ਆਨੰਦ ਜਗ ਚਾਨਣ ਹੋਆ। ਪਰ ਜੇ ਆਪਾਂ ਗੱਲਾਂ ਘੱਟ ਕਰੀਏ, 15-14 ਮਿੰਟ ਹੈਗੇ ਆ, ਕੋਈ ਗੱਲ ਨਹੀਂ, ਪੂਰਾ ਕਰ ਲਈਏ। ਹਾਂਜੀ, ਮੈਂ ਤਾਂ ਲਾ ਲੈਣਾ ਜ਼ਰੂਰ, ਕਿਉਂ ਨਹੀਂ ਹੈ ਜੀ, ਆਪਣੀ ਸੰਗਤ ਵੀ ਚਾਹੀਏ, ਆਪਾਂ ਗੱਲਾਂ ਘੱਟ ਕਰੀਏ। ਹਾਂਜੀ, ਅਤੇ ਜ਼ਰਾ ਆਨੰਦ ਮਾਨਣ, ਸਾਰਾ ਬੜਾ ਖੁਸ਼ੀ ਦਾ ਟਾਈਮ ਹੈਗਾ। ਠੀਕ ਹੈ, ਹਾਂਜੀ ਠੀਕ ਹੈ। ਦੂਸਰੀ ਕਵੀ ਇੱਕ ਧਾਰਮਿਕ ਗੀਤ ਹੈ, ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਤਿੰਨਾਂ ਦਾ ਲਿਖਿਆ ਹੋਇਆ, ਅਤੇ ਬਹੁਤ ਹੀ ਪਿਆਰਾ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਇਸ ਗੀਤ ਦੇ ਵਿੱਚ ਤਾਰੀਫ ਕੀਤੀ ਹੈ, ਜ਼ਰਾ ਸੁਣ ਕੇ ਦੇਖੋ। ਨਾਨਕ ਗੁਰੂ ਤਨੂਰ ਲੈ ਰੋਸ਼ਨ ਜ਼ਮਾਨਾ ਹੋ ਗਿਆ, ਨਾਨਕ ਗੁਰੂ ਤਨੂਰ ਲੈ ਰੋਸ਼ਨ ਜ਼ਮਾਨਾ ਹੋ ਗਿਆ, ਸੁਣ ਸੁਣ ਕੇ ਉਹਦੇ ਰੁਬਾਬ ਨੂੰ ਆਲਮ ਦੀਵਾਨਾ ਹੋ ਗਿਆ, ਨਾਨਕ ਗੁਰੂ ਤਨੂਰ ਲੈ ਰੋਸ਼ਨ ਜ਼ਮਾਨਾ ਹੋ ਗਿਆ। ਜਿਸ ਦਿਨ ਇਸ ਜਹਾਨ ਤੇ ਸੱਚ ਦਾ ਸੱਚ ਦਾ ਹਾਮੀ ਆ ਗਿਆ, ਉਸੇ ਹੀ ਦਿਨ ਜਹਾਨ ਤੋਂ ਕੂੜ ਰਵਾਨਾ ਹੋ ਗਿਆ, ਨਾਨਕ ਗੁਰੂ ਤਨੂਰ ਲੈ ਰੋਸ਼ਨ ਜ਼ਮਾਨਾ ਖਾਰ ਹੈ ਸਭ ਨਾਲ ਉਸਦਾ ਪਿਆਰ ਹੈ, ਸਭਨਾਂ ਦਾ ਗਮਖਾਰ ਹੈ ਸਭ ਨਾਲ ਉਸਦਾ ਪਿਆਰ ਹੈ, ਤਾਈਓਂ ਤੇ ਸ਼ੈਦਾ ਉਸ ਲਈ ਆਪਣਾ ਬੇਗਾਨਾ ਹੋ ਗਿਆ, ਨਾਨਕ ਗੁਰੂ ਤਨੂਰ ਲੈ ਰੋਸ਼ਨ ਜ਼ਮਾਨਾ ਹੋ ਗਿਆ। ਤਪਦੇ ਦਿਲਾਂ ਨੂੰ ਠਾਰਦਾ ਫਿਰਦਾ ਉਹ ਦੁਨੀਆ ਤਾਰਦਾ, ਤਪਦੇ ਦਿਲਾਂ ਨੂੰ ਠਾਰਦਾ, ਉਸਦੀ ਨਜ਼ਰ ਦੇ ਤੀਰ ਦਾ ਜੋ ਵੀ ਨਿਸ਼ਾਨਾ ਹੋ ਗਿਆ, ਨਾਨਕ ਗੁਰੂ ਤਨੂਰ ਲੈ ਰੋਸ਼ਨ ਜ਼ਮਾਨਾ।
जमाना हो गया। दाना जहान लई कोमल तराना हो गया। नानक गुरु तो नूर ले रोशन जमाना हो गया। सुन सुन के ओदे रुबाब नू आलम दीवाना जमाना हो गया। नानक गुरु तो नूर ले। टाइम दा मिशन फिकर हुंदा कि तू पूरा होवे सारा। हां जी हुण सारे पास 8 मिनट हैगे ने, हो सकदा पूरा ते बहुत चंगी गल है ते ने हो जाएगा। आपा ब्रेक तो पहला ठीक है। हां जी एक होर कर लो। चलो आपा बेइज्जती करना टाइम। ठीक है जी। बहुत अच्छे। हां जी दरबार श्री दरबार श्री गुरु नानक दा सब दुनिया अंदर आली है। दरबार श्री गुरु नानक दा सब दुनिया अंदर श्री गुरु नानक दा
सब दुनिया अंदर आले है दर ते जो आवे आशा ले दर ते जो आवे आशा ले ओ कदे न मुड़दा खाली है दरबार श्री सब दुनिया अंदर आवे है ए सिखी बाग सुहावे जो ए खेड़ा नजरी पापा के सिंजिया है उस रत पापा के सिंजिया है ओ आप इस दा माली है दरबार श्री गुरु नानक दा सब दुनिया अंदर आली है दरबार श्री गुरु नानक दा सब दुनिया अंदर आली है दर ते जो आवे आशा ले दर ते जो आवे आशा ले ओ कदे न मुड़दा खाली है दरबार श्री गुरु नानक दा सब दुनिया अंदर आली है दरबार श्री गुरु नानक दा सब दुनिया अंदर आली है पूरा टाइम सीट बड़ा देखो रब की किन्नी बेर होंगी हर चीज जो भी तुम काम शुरुआत करते हो हर वक्त सुनता सा जल कल नगर कीर्तन होया भाजी क्या सोना वैदर से रब की किन्नी मेहर हुई देखो बिल्कुल सारा दिन धुप सी सारा दिन और डिग भी सेगा बिल्कुल बिल्कुल हाँ। नहीं तो सुनिया सी वैदर रिपोर्ट दे टेलीविजन कहते सके बहुत ठंडी हवा आनी है कॉन्टीनेंट तो ठंडी आ रही है हवा है ना तो पर कि सोना रब सारा बिल्कुल बिल्कुल हाँ जी दूसरी गल मैं दस संगत न क्योंकि बड़ा जोश है सारे अपना गुरु का जन्मदिन मिलान का तो मैं भाजी ने ड्रिंक किया मैं भाजी जब तुम मंडे ये मैं कहते होंगे तुम मैं लास्ट मिलन ना क्या कर फिर मैं लास्ट मिलन ड्रिंक किया भाजी माफी चाहना लेकिन फिर भी तुम अपना यूनो फर्ज समझ के पहुंचे हो बिल्कुल बिल्कुल देखो हाँ। अकाल चैनल मैं दिलों समझदा ये मेरा अपना चैनल है बिल्कुल भाजी और तुम जो भी सदोंगे तो आप हाजिर होवोंगे उस वे भाजी यही तो प्यार मुहब्बत है सारी संगत का देखो मैं पहले भी क्या किया शुरुआत जो चैनल है साडा नहीं असं सिर्फ सेवा करते हैं तुम सारी संगत का ना चैनल है अपना सो प्राउड अपनी प्लेटफॉर्म है हाँ जी और संगत भी अकाल चैनल नू अपना समझ के बिल्कुल उस पूरा पूरा हिस्सा लैन हाँ जी भाजी वड्डी गल है सिर्फ ना बड़ा छोटा पाँच साल पुराना है लेकिन बड़ी ऊंचाई ते पहुंचा है ये ऊंचाई ते सिर्फ अपनी संगत दी सपोर्ट दे नाल पहुंचा है एक संगत थोनू मैं एक होर गल दसदा ये सच्चाई दे नाल भी क्योंकि जिन्हें भी सेवादार ने अकाल चैनल दे वो सच्चे दिलों सेवा करते उन्होंने मना दे विच कोई सेल्फिशनेस नहीं है थोड़े सामने बैठा एक बंदा हाँ जी सच्ची गल हैगी है क्योंकि होर कई चैनलों दी मैं गल्लां सुनिया ने जी उन्होंने सेल्फिशनेस हैगी पर अकाल चैनल च मैं देखा बिल्कुल जानी किसी भी किस्म का लालच नहीं है सारे करते हैं ना अहने की फैमिली है सारी फैमिली चलो एनीवे अच्छी गल तो बहुत है
ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਪਲੀਜ਼ ਡੋਂਟ ਗੋ ਟੂ ਫਾਰ, ਇਸੇ ਤਰ੍ਹਾਂ ਸਾਡਾ ਜੁੜੇ ਰਹਿਣਾ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੜਾ ਖੁਸ਼ੀ ਦਾ ਦਿਹਾੜਾ ਆਪਣੇ ਨਾਲ ਸਰਦਾਰ ਰਘਬੀਰ ਸਿੰਘ ਰਾਹੀ ਅਤੇ ਸੁਰਜੀਤ ਸਿੰਘ ਰਾਹੀ ਬੜੀ ਦੂਰੋਂ ਆਉਂਦੇ ਨੇ, ਇਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਕਿ ਹਮੇਸ਼ਾ ਸਾਨੂੰ ਸਾਥ ਦਿੰਦੇ ਨੇ। ਅਤੇ ਬਿਫੋਰ ਮੈਂ ਬਹੁਤੀਆਂ ਗੱਲਾਂ ਨਹੀਂ ਕਰਾਂਗਾ ਓਨੈਸਟਲੀ, ਬਿਕੋਜ਼ ਅਸੀਂ ਇਹਨਾਂ ਨੂੰ ਬੁਲਾਇਆ ਅਤੇ ਮੈਂ ਚਾਹੁੰਦਾ ਕਿ ਥੋੜ੍ਹੇ ਬਹੁਤੇ ਹੋਰ ਸ਼ਬਦ ਸਾਡੇ ਅੱਧੇ ਘੰਟੇ 'ਚ ਹੋ ਜਾਣ। ਲੇਕਿਨ ਮੈਂ ਫਿਰ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਜਿਹੜੀ ਅਕਾਲ ਚੈਨਲ 23 ਤਰੀਕ ਨੂੰ ਫਲੈਰੋ ਇਨ ਇਟਲੀ 'ਚ ਜਾ ਰਹੇ ਨੇ, 23 ਤਰੀਕ ਨੂੰ ਸੁਬਾਹ 4 ਵਜੇ ਇਟਲੀ ਟਾਈਮ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਏਗਾ, ਅਤੇ 25 ਤਰੀਕ ਨੂੰ ਉਹਦੀ ਸਮਾਪਤੀ ਹੋ ਕੇ, ਅਤੇ ਸੁਬਾਹ 10 ਵਜੇ ਉਹਦੀ ਸਮਾਪਤੀ ਹੋਏਗੀ ਇਟਲੀ ਟਾਈਮ ਦੀ। ਸੋ ਪਲੀਜ਼ ਤੁਸੀਂ ਸਾਰੇ ਦੇਖਣਾ ਨਾ ਭੁੱਲਣਾ, ਇਸੇ ਤਿੰਨੇ ਦਿਨ ਤੁਹਾਨੂੰ ਪੂਰਾ ਖਾਨ ਪਾ ਸ਼੍ਰੀ ਖਾਨ ਪਾ ਦਿਖਾ ਰਿਹਾ, ਅਤੇ ਇਹਦੇ ਵਿੱਚ ਤੁਹਾਡੀ ਬਹੁਤ ਲੋੜ ਹੈਗੀ ਹੈ, ਹਰ ਤਰ੍ਹਾਂ ਦੀ ਤੁਸੀਂ ਸਪੋਰਟ ਕਰੋ। ਤੁਸੀਂ ਜਿੰਨਾ ਵੀ 1 ਘੰਟਾ 2 ਘੰਟਾ ਬੁੱਕ ਕਰਨਾ ਚਾਹੁੰਦੇ ਸਾਡੇ ਕਾਲ ਚੈਨਲ ਨੂੰ ਕਾਲ ਕਰਕੇ ਪਲੀਜ਼ ਆਪਣਾ ਨਾਮ ਲਿਖਾਓ ਔਰ ਆਪਣੀ ਸੇਵਾ ਦਿਖਾਓ, ਬਹੁਤ ਅੱਛਾ ਲੱਗੇਗਾ। ਜੀ ਭਾਅ ਜੀ ਰਘਬੀਰ ਸਿੰਘ ਜੀ, ਮੈਨੂੰ ਲੱਗਦਾ ਆਪਾਂ ਸ਼ੁਰੂ ਕਰੀਏ। ਹਾਂਜੀ ਜ਼ਰੂਰ ਜ਼ਰੂਰ, ਮੈਂ ਦੋ ਨਾ ਗੁਰਬਾਣੀ ਦੇ ਸ਼ਬਦ ਪੇਸ਼ ਕਰਦਾ। ਠੀਕ ਹੈ ਜੀ। ਇਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਇਹ ਦੋਨੋਂ ਸ਼ਬਦ, ਇਹ ਦੋਨੋਂ ਸ਼ਬਦ ਜਪਜੀ ਸਾਹਿਬ ਦੇ ਵਿੱਚੋਂ ਨੇ। ਬਹੁਤ ਅੱਛੇ। ਹਾਂਜੀ, ਅਤੇ ਪਹਿਲਾ ਹੈ ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ Yeah.
ਗੁਰਾਂ ਇੱਕ ਦੇ ਬੁਝਾਏ ਸਭਨਾ पाणे के नाए करे तीरथ नावा जे तिस पावा बिन पाणे के नाए करे जे ते सिरठ उपाई वेखा बिन कर्मा ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਏ ਗੁਰਾਂ ਇੱਕ ਦੇ ਬੁਝਾਏ ਸਭਨਾ ਬੰਦਾ ਖੁੱਬ ਜਾਂਦਾ ਸੁਣਨ ਲੱਗਦਾ ਨਾ ਕਿਤੇ ਹੋਰ ਦੁਨੀਆਂ 'ਚ ਪਹੁੰਚ ਜਾਂਦਾ ਬੰਦਾ ਹੈ ਨਹੀਂ ਬੜਾ ਆਨੰਦ ਆ ਗੁਰਬਾਣੀ ਗਾ ਕੇ ਮੈਨੂੰ ਪਰਸਨਲੀ ਬਹੁਤ ਆਨੰਦ ਆਈ ਨੋ ਦੇਖਦਾ ਪਤਾ ਤੁਹਾਡੇ ਤੋਂ ਤੁਸੀਂ ਇੱਕਦਮ ਹੀ ਨਾ ਖੋ ਜਾਂਦੇ ਹੋ ਕਿਸੇ ਦੁਨੀਆਂ 'ਚ ਬਿਲਕੁਲ ਔਰ ਗੁਰਬਾਣੀ ਦੇ 'ਚ ਜਿਹੜੇ ਗੁਰੂਆਂ ਨੇ ਲਫਜ਼ ਲਿਖੇ ਨੇ ਉਹ ਇੱਕ ਇੱਕ ਲਫਜ਼ ਦੇ 'ਚ ਉਹਨਾਂ ਨੇ ਕੁੱਜਾ ਦੇ ਵਿੱਚ ਨਾ ਸਮੁੰਦਰ ਬੰਦ ਕੀਤਾ ਕੀ ਬਾਤ ਹੈ ਕੀ ਬਾਤ ਹੈ ਬਹੁਤ ਅੱਛਾ ਹਾਂਜੀ ਅਤੇ ਇਸੇ ਤਰ੍ਹਾਂ ਜਪਜੀ ਸਾਹਿਬ ਦੇ 'ਚੋਂ ਇੱਕ ਹੋਰ ਸ਼ਬਦ ਤੁਹਾਡੇ ਸਾਹਮਣੇ ਪੇਸ਼ ਕਰਨਾ ਆਦ ਵਾਹਿਗੁਰੂ ਜੁਗਾਦ ਵਾਹਿਗੁਰੂ ਜਪ ਵਾਹਿਗੁਰੂ ਸਦਾ ਵਾਹਿਗੁਰੂ ਵਹਿ ਗੁਰੂ ਜੁਗਾਦ ਵਹਿ ਗੁਰੂ ਜਪ ਵਾਹਿਗੁਰੂ ਸਦਾ ਵਾਹਿਗੁਰੂ ਆਦ ਸੱਚ ਸੱਚ ਨਾਨਕ ਹੋਸੀ ਪੀ ਸੱਚ ਆਦ ਵਾਹਿਗੁਰੂ ਜੁਗਾਦ ਵਾਹਿਗੁਰੂ ਜਪ ਵਾਹਿਗੁਰੂ ਸਦਾ ਵਾਹਿਗੁਰੂ ਲਖਵਾਰ ਚੁੱਪ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਬਤਾ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਸਹਿ ਸਿਆਣ ਪਾਰ
ਚੱਲੇ ਨਾਲ ਆਦ ਵਾਹੇ ਗੁਰੂ ਜੁਗਾਦ ਵਾਹੇ ਗੁਰੂ ਜਪ ਵਾਹੇ ਗੁਰੂ ਸਦਾ ਵਾਹੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨ ਕੋਏ ਸਦਾ ਵਾਹੇ ਗੁਰੂ ਆਦ ਵਾਹੇ ਗੁਰੂ ਜੁਗਾਦ ਵਾਹੇ ਗੁਰੂ ਜਪ ਵਾਹੇ ਗੁਰੂ ਸਦਾ ਵਾਹੇ ਗੁਰੂ ਭਾਜੀ ਸਾਰੇ ਪਾਸੇ 11 ਮਿਲਦਾ ਤੁਹਾਨੂੰ ਮੈਂ ਰੁਕਣ ਨਹੀਂ ਦੇਣਾ ਠੀਕ ਹੈ ਬਹੁਤ ਬਹੁਤ ਆਨੰਦ ਆ ਰਿਹਾ ਸਾਰੇ ਆਪਣੀ ਸੰਗਤ ਨੂੰ ਇੰਜੋਏ ਕਰ ਰਹੇ ਨੇ ਹਾਂਜੀ ਅਤੇ ਮੈਂ ਚਾਹਾਂਗਾ ਕਿ ਇੱਕ ਆਪਣਾ 10 ਮਿੰਟ ਕੁਛ ਪੂਰਾ ਹੋਰ ਹੋ ਸਕੇ ਠੀਕ ਹੈ ਦੇਖਦੇ ਕਿੰਨੇ ਮਿੰਟ ਲੱਗਦੇ ਨੇ ਬਹੁਤ ਸੋਹਣਾ ਕਰ ਰਹੇ ਭਾਜੀ ਜਿਹੜੇ ਇੱਕਦਮ ਭਾਜੀ ਨਾ ਖੂਬ ਜਾਂਦੇ ਨੇ ਉਹਦੇ ਵਿੱਚ ਮੈਂ ਵੀ ਚਲੋ ਫਿਰ ਤਾਂ ਬੜੀ ਅੱਛੀ ਗੱਲ ਹਾਂਜੀ ਬੜੀ ਅੱਛੀ ਗੱਲ ਹੈਗੀ ਹੈ ਕਿ ਸਰੋਤਿਆਂ ਨੂੰ ਵੀ ਜੋ ਦੇਖੋ ਇੱਕ ਕਾਰੀਗਰ ਮਿਹਨਤ ਕਰਦਾ ਅਤੇ ਜੇ ਉਸ ਮਿਹਨਤ ਦਾ ਫਲ ਉਹਨੂੰ ਮਿਲ ਜਾਵੇ ਨਾ ਤਾਂ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈ ਔਰ ਅਸੀਂ ਇਹੋ ਜਿਹੇ ਆਰਟਿਸਟ ਹੈਗੇ ਹਾਂ ਜਿਨ੍ਹਾਂ ਨੂੰ ਜਿਹੜੇ ਕਿ ਜੇ ਜੋ ਕੁਛ ਅਸੀਂ ਕਰਦੇ ਹਾਂ ਉਹਨਾਂ ਨੂੰ ਪਸੰਦ ਆਉਂਦਾ ਅਤੇ ਬਸ ਉਹ ਸਾਨੂੰ ਉਹਦੀ ਮਿਹਨਤ ਵਾਪਸ ਮਿਲ ਗਈ ਬਿਲਕੁਲ ਚਲੋ ਭਾਜੀ ਸਟਾਰਟ ਕਰੋ ਓਕੇ ਇਹਦੀ ਮੈਂ ਇੰਟਰੋਡਕਸ਼ਨ ਦੱਸਦਿਆਂ ਕਿ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਿਆਲੀ ਪਲਾਓ ਕਹਿ ਲਓ ਇਹਨੂੰ ਜੀ ਕਵਿਤਾ ਕਿਸੇ ਨੇ ਬੜੀ ਪਿਆਰੀ ਲਿਖੀ ਹੈ ਕਿ ਜਦੋਂ ਤੁਹਾਨੂੰ ਪਤਾ ਸਾਡੇ ਆਪਣੇ 'ਚ ਰਿਵਾਜ਼ ਹੈਗਾ ਕਿ ਜਦੋਂ ਵਿਆਹ ਹੁੰਦਾ ਤਾਂ ਉਸ ਵੇਲੇ ਲਾੜੇ ਨੂੰ ਸਿੱਠਣੀਆਂ ਦਿੰਦੀਆਂ ਨੇ ਔਰਤਾਂ ਸਾਰੀਆਂ ਇਕੱਠੀਆਂ ਹੋ ਕੇ ਹੈ ਜੀ
ਅਤੇ ਲਿਖਾਰੀ ਨੇ ਇਹ ਲਿਖਿਆ ਹੈਗਾ ਕਿ ਗੁਰੂ ਨਾਨਕ ਦੇਵ ਜੀ ਨੂੰ ਵੀ ਸਿੱਠਣੀਆਂ ਉਹਨਾਂ ਨੇ ਸੁਣਾਈਆਂ ਸੀ ਥੋੜ੍ਹੀਆਂ ਜਿਹੀਆਂ ਹਾਂਜੀ। ਔਰ ਸਿੱਠਣੀਆਂ ਦੇ ਵਿੱਚ ਇਹ ਖਾਸੀਅਤ ਹੁੰਦੀ ਹੈ ਕਿ ਲਾੜੇ ਦੀ ਤਾਰੀਫ ਨਹੀਂ ਉਹ ਕਰਦੀਆਂ ਹੁੰਦੀਆਂ, ਉਹਨੂੰ ਬਸ ਭੰਨਣਾ ਹੀ ਹੁੰਦਾ ਉਹਨਾਂ ਨੇ ਹਾਂਜੀ। ਪਰ ਇਹ ਜਿਹੜੀਆਂ ਸਿੱਠਣੀਆਂ ਨੇ ਇਹਨਾਂ ਦੇ ਵਿੱਚ ਉਹਨਾਂ ਨੇ ਭੰਨਿਆ ਵੀ ਹੈ ਗੁਰੂ ਨਾਨਕ ਦੇਵ ਜੀ ਨੂੰ, ਪਰ ਬੜੇ ਪਿਆਰ ਦੇ ਨਾਲ ਉਹਨਾਂ ਦੀ ਤਾਰੀਫ ਵੀ ਕੀਤੀ ਹੋਈ ਹੈ ਹਾਂਜੀ। ਬਹੁਤ ਯਾਨੀ ਰਚਨਾ ਬੜੀ ਅੱਛੀ ਹੈਗੀ ਹੈ, ਤੁਸੀਂ ਜ਼ਰਾ ਸੁਣ ਕੇ ਦੇਖੋ ਹਾਂਜੀ। ਸਾਡੇ ਤਾਂ ਵੇੜੇ ਜੰਜ ਨਾਨਕ ਦੀ ਆਈ ਏ, ਸਾਡੇ ਤਾਂ ਵੇੜੇ ਜੰਜ ਨਾਨਕ ਦੀ ਆਈ ਏ, ਅਸਾਂ ਤੇ ਸੁਣਿਆ ਮੁੰਡਾ ਰੂਪ ਇਲਾਹੀ ਏ, ਮੁੱਖ ਤੇ ਡਿੱਠਾ ਅਸਾਂ ਨਹੀਂ, ਮੁੱਖ ਤੇ ਡਿੱਠਾ ਅਸਾਂ ਨਹੀਂ ਵਿਲਾੜਿਆ, ਤੇਰਾ ਹਟਾ ਕੇ ਜ਼ਰਾ ਬਈ ਪਾਂਡੇ ਨੂੰ ਸੁਣਿਆ ਮੁੰਡਾ ਆਇਆ ਪੜ੍ਹਾ ਪੜ੍ਹਾ ਕੇ, ਬਣ ਗਿਆ ਗੁੰਗਾ ਅੱਜ ਸਾਡੇ ਕੋਲ ਆ ਕੇ, ਗੱਲ ਕੋਈ ਆਉਂਦੀ ਨਹੀਂ, ਗੱਲ ਕੋਈ ਆਉਂਦੀ ਨਹੀਂ ਵਿਲਾੜਿਆ, ਇਹ ਗੱਲ ਬਣਦੀ ਨਹੀਂ। ਅਵਤਾਰ ਦਾ ਅਸਾਂ ਤੇ ਸੁਣਿਆ ਫਿਰ ਮੱਝੀਆਂ ਚਾਰ ਦਾ, ਕਾਲੀਆਂ ਬੂਰੀਆਂ ਨਹੀਂ, ਕਾਲੀਆਂ ਬੂਰੀਆਂ ਨਹੀਂ ਵਿਲਾੜਿਆ, ਇਹ ਗੱਲ ਬਣਦੀ ਨਹੀਂ। ਪਟਵਾਰੀ ਦਾ ਏ ਚਾਨਣ ਦੁਨੀਆ ਸਾਰੀ ਦਾ, ਸੁਣਿਆ ਪੁੱਤ ਪਟਵਾਰੀ ਦਾ ਏ ਚਾਨਣ ਦੁਨੀਆ ਸਾਰੀ ਦਾ, ਸਾਨੂੰ ਵੀ ਮੁੱਖ ਦਿਖਾ ਦੇਵੇ, ਸਾਨੂੰ ਵੀ ਮੁੱਖ ਦਿਖਾ ਦੇਵੇ, ਇੱਥੇ ਵੀ ਚਾਨਣ ਲਾ ਦੇ। ਅਸਾਂ ਤੇ ਸੁਣਿਆ ਇਹਦੇ ਨਾਗ ਵੀ ਯਾਰ ਨੇ, ਹਾਂ ਅਸਾਂ ਤੇ ਸੁਣਿਆ ਇਹਦੇ ਨਾਗ ਵੀ ਯਾਰ ਨੇ, ਕਰਦੇ ਨੇ ਛਾਵਾਂ ਇਹਨੂੰ ਫਨ ਖਿਲਾਰ ਨੇ, ਜਾਦੂਗਰਾਂ ਤੋਂ ਘੱਟ ਨਹੀਂ, ਜਾਦੂਗਰਾਂ ਤੋਂ ਘੱਟ ਨਹੀਂ ਵਿਲਾੜਿਆ, ਜਾਦੂ ਨਾ ਕਰ ਇੱਥੇ ਬਈ। ਅਸਾਂ ਤੇ ਸੁਣਿਆ ਮੁੰਡਾ ਬਣਿਆ ਵਪਾਰੀ ਨੀ, ਅਸਾਂ ਤੇ ਸੁਣਿਆ ਮੁੰਡਾ ਬਣਿਆ ਵਪਾਰੀ ਨੀ,
ਰਾਸ਼ਨ ਲੁਟਾ ਕੇ ਆਇਆ ਸਾਡਾ ਗੁਸਾਰੀ ਨੀ ਅਸਾਂ ਵੀ ਲੱਡੂ ਦਿੱਤਾ ਨਹੀਂ ਅਸਾਂ ਵੀ ਲੱਡੂ ਦਿੱਤਾ ਨਹੀਂ ਵੇ ਲਾੜਿਆ ਖਾਂਦਾ ਚੁਪੇੜਾ ਨਾ ਤੂੰ ਰਹੀ ਜਾਂਜੀ ਤੈਨੂੰ ਲੱਭਾ ਨਾ ਲਾੜਿਆ ਚੱਜ ਦਾ ਜਾਂਜੀ ਤੈਨੂੰ ਲੱਭਾ ਨਾ ਲਾੜਿਆ ਲੈ ਕੇ ਮਰਦਾਨਾ ਆਇਓ ਭੁੱਖਾਂ ਦਾ ਮਾਰਿਆ ਅੱਜ ਰਜਾ ਇਹਨੂੰ ਲਈ ਅੱਜ ਰਜਾ ਇਹਨੂੰ ਲਾੜਿਆ ਕੱਲ ਦਾ ਤੂੰ ਦਿਨ ਇੱਥੇ ਨਹੀਂ ਸਾਡੇ ਤਾਂ ਵੇੜੇ ਜੰਝ ਨਾਨਕ ਦੀ ਆਈ ਏ ਅਸਾਂ ਤੇ ਸੁਣਿਆ ਮੁੰਡਾ ਇਲਾਹੀ ਏ ਮੁਖ ਤੇ ਡਿੱਠਾ ਅਸਾਂ ਨਹੀਂ ਮੁਖ ਤੇ ਡਿੱਠਾ ਅਸਾਂ ਨਹੀਂ ਵੇ ਲਾੜਿਆ ਸੇਰਾ ਹਟਾ ਕੇ ਜ਼ਰਾ ਬਈ ਸੇਰਾ ਹਟਾ ਕੇ ਜ਼ਰਾ ਬਈ ਭਾਜੀ ਕਿਆ ਬਾਤ ਹੈ ਕਿਆ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਬਸ ਦੇ ਅੱਜ ਅਕਾਲ ਚੈਨਲ 'ਤੇ ਅਸੀਂ ਸਟਾਰਟ ਕੀਤਾ ਔਰ ਸੰਡੇ ਨੂੰ ਵੀ ਦੱਸਿਆ ਤੁਹਾਨੂੰ ਜਦੋਂ ਇਟਲੀ ਤੋਂ ਸਮਾਪਤੀ ਹੋਏਗੀ ਸੁਬਹਾ 10 ਵਜੇ ਉਦੋਂ ਅਸੀਂ ਸਾਰਾ ਵੀਕ ਕੁਛ ਨਾ ਕੁਛ ਅਕਾਲ ਚੈਨਲ 'ਤੇ ਕਰਦੇ ਰਹਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ ਤੁਹਾਨੂੰ ਬ੍ਰੇਕ ਤੋਂ ਬਾਅਦ ਕਿ ਪਲੀਜ਼ ਸਾਰੀ ਤੁਹਾਡੀ ਸਪੋਰਟ ਚਾਹੀਦੀ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਅਕਾਲ ਚੈਨਲ 'ਤੇ ਤਕਰੀਬਨ ਮਜੋਰਿਟੀ ਸਾਡੇ ਸੀਨੀਅਰ ਸਟਾਫ ਸਭ ਜਾ ਰਹੇ ਨੇ ਲੰਡਨ ਤੋਂ ਵੀ ਸਾਡੇ ਕੈਮਰਾਮੈਨ ਵੀ ਜਾ ਰਿਹਾ ਹੈ ਤੋ ਬੇਸਿਕਲੀ ਅਸੀਂ ਇਕੱਲੇ ਘਰ 'ਚ ਮੈਂ ਇਕੱਲਾ ਹੀ ਰਹਿ ਗਿਆ ਹੁਣ ਇੱਥੇ ਦੇਖਭਾਲ ਕਰਨ ਲਈ ਕੋਈ ਤਾਂ ਚਾਹੀਦਾ ਪਿੱਛੇ ਹਾਂਜੀ ਪਿੱਛੇ ਸੰਭਾਲਣਾ ਚਾਹੀਦਾ ਅਤੇ ਬਿਲਕੁਲ ਕਿਸੇ ਨੇ ਤੁਸੀਂ ਅੱਧਾ ਘੰਟਾ ਘੰਟਾ ਜਿੰਨੀ ਵੀ ਤੁਸੀਂ ਸੇਵਾ ਚਾਹੁੰਦੇ ਹੋ ਆਪਣਾ ਨਾਮ ਲਿਖਾਓ ਅਤੇ ਪਲੀਜ਼ ਇਹ ਸਾਰਾ ਇੱਕ ਜ਼ਿੰਮੇਵਾਰੀ ਮੈਂ ਚਾਹਵਾਂਗਾ ਅਸੀਂ ਅਰਦਾਸ ਕਰਾਂਗੇ ਅਕਾਲ ਚਲਨ ਜਾ ਕੇ ਆਪਣੀ ਜੋ ਵੀ ਆਪਣਾ ਕੰਮਕਾਰ ਜਾ ਰਹੇ ਨੇ ਜੋ ਪ੍ਰੋਮਿਸ ਕਰਦੇ ਅਸੀਂ ਡਿਲੀਵਰ ਕਰ ਪਾਈਏ ਭਾਅ ਜੀ ਬਿਲਕੁਲ ਆਖਿਰ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਥੈਂਕ ਯੂ ਤੁਹਾਡੇ ਆਉਣ ਦਾ ਬਸ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੱਥੇ ਬੁਲਾਇਆ ਔਰ ਸੁਰਜੀਤ ਸਿੰਘ ਰਾਹੀ ਮੇਰੇ ਨਾਲ ਤਬਲਾ ਵਜਾਉਂਦੇ ਨੇ ਔਰ ਕਈ ਦੇਰ ਤੋਂ ਬੜੇ ਸਾਲਾਂ ਤੋਂ ਵਜਾਉਂਦੇ ਨੇ ਔਰ ਪ੍ਰੋਫੈਸ਼ਨਲ ਤਬਲਾ ਪਲੇਅਰ ਨੇ ਔਰ ਬੱਚਿਆਂ ਨੂੰ ਸਿਆਣਿਆਂ ਨੂੰ ਸਾਰਿਆਂ ਨੂੰ ਸਿਖਾਉਂਦੇ ਵੀ ਹੈਗੇ ਬੱਚੇ ਜਿਹੜੀ ਸਿਟਨੀਅਰ ਦੱਸ ਕਿ ਕਿੰਨੀ ਨਾਈਸ ਅਸੀਂ ਕਹਿੰਦੇ ਨਾ ਕਿ ਜਾਸਤੀ ਉਹ ਹੋਰ ਤਰ੍ਹਾਂ ਕਰਦੇ ਹੁੰਦੇ ਨੇ ਹਾਂਜੀ ਬੜੀ ਪੋਲਾਈਟਲੀ ਉਹਨਾਂ ਨੇ ਕਿਸ ਤਰ੍ਹਾਂ ਉਹਨੂੰ ਕਿਹਾ ਬਹੁਤ ਲਿਖਾਰੀ ਦੀ ਮੈਂ ਕਹਿੰਦਾ ਜਾਦੂਗਰੀ ਹੈ ਇਸ ਦੇ ਵਿੱਚ ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ ਦੇਖ ਲਓ ਯੂ ਨੋ ਤੁਸੀਂ ਜਦੋਂ ਤੁਸੀਂ ਕਰ ਰਹੇ ਸੀ ਨਾ ਮੈਨੂੰ ਫੀਲ ਹੋ ਰਿਹਾ ਕਿ ਤੁਸੀਂ ਕਿਤੇ ਹੋਰ ਪਹੁੰਚ ਜਾਂਦੇ ਹੋ ਤੁਸੀਂ ਐਕਚੁਅਲੀ ਦੇਖਦੇ ਹੋ ਮੈਨੂੰ ਮਜ਼ਾ ਨਹੀਂ ਆਉਂਦਾ ਜਦ ਤੱਕ ਮੈਂ ਉਸ ਜੋ ਕੁਛ ਮੈਂ ਗਾ ਰਿਹਾ ਹਾਂ ਜੇ ਉਹ 'ਚ ਖੁੱਬਾ ਨਾ ਔਰ ਜੇ ਮੈਂ ਸਮਝਾਂ ਨਾ ਕਿ ਮੂੰਹ 'ਚੋਂ ਜਿਹੜੇ ਲਫ਼ਜ਼ ਨਿਕਲ ਰਹੇ ਨੇ ਇਹਦਾ ਮਤਲਬ ਕੀ ਹੈਗਾ ਅਤੇ ਨਹੀਂ ਤਾਂ ਫਿਰ ਓਪਰਾ ਫੰਡ ਸਾਰਾ ਲੱਗਦਾ ਬਿਲਕੁਲ ਪ੍ਰੀਤੀ ਜੀ ਅਸੀਂ ਤਕਰੀਬਨ ਇੱਕ ਅੱਧਾ ਮਿੰਟ ਰਹਿੰਦਾ ਸਮਾਪਤੀ ਕਰੀਏ ਭਾਅ ਜੀ ਨੂੰ ਸ਼ੁਕਰਾਨਾ ਕਰਕੇ ਪਹਿਲਾਂ ਥੈਂਕ ਯੂ ਪ੍ਰੀਤੀ ਜੀ ਥੈਂਕ ਯੂ ਪਾਲ ਜੀ ਥੈਂਕ ਯੂ ਭਾਅ ਜੀ ਥੈਂਕ ਯੂ ਦੇਖੋ ਸਾਡੀ ਪਬਲਿਕ ਦੀ ਨਾ ਸਾਡੇ ਵਿਊਜ਼ ਹਮੇਸ਼ਾ ਡਿਮਾਂਡ ਕਰਦੇ ਨੇ ਥੋੜ੍ਹਾ ਜਿਹਾ ਟਾਈਮ ਨਿਕਲਦਾ ਕਹਿੰਦੇ ਜੀ ਤੁਸੀਂ ਉਹਨੂੰ ਲੈ ਕੇ ਆਓ ਉਹਨੂੰ ਲੈ ਕੇ ਆਓ ਤੁਸੀਂ ਹਮੇਸ਼ਾ ਨਾ ਡਿਮਾਂਡ ਲਿਸਟ ਵਿੱਚ ਹੁੰਦੇ ਤੁਸੀਂ ਜਦੋਂ ਵੀ ਬੁਲਾਓਗੇ ਅਤੇ ਅਸੀਂ ਇੱਥੇ ਹਾਜ਼ਰ ਹੋਵਾਂਗੇ ਭਾਅ ਜੀ ਮੈਂ ਤੁਹਾਨੂੰ ਹਮੇਸ਼ਾ ਯਾਦ ਕਰਦਾ ਸਾਡੀ ਪਬਲਿਕ ਵੀ ਤੁਹਾਨੂੰ ਬਹੁਤ ਯਾਦ ਕਰਦੀ ਰਹਿੰਦੀ ਹੈ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਨਹੀਂ ਸੱਚ ਬਹੁਤ ਬਹੁਤ ਪਿਆਰ ਮੁਹੱਬਤ ਹੈ ਔਰ ਅੱਜ ਜਿਹੜਾ ਅਸੀਂ ਭਾਅ ਜੀ ਨੇ ਇੱਕ ਘੰਟਾ ਆਪਣਾ ਦਿੱਤਾ ਬਹੁਤ ਸ਼ੁਕਰਾਨਾ ਇਹਨਾਂ ਦਾ ਔਰ ਮੈਂ ਉਮੀਦ ਰੱਖਦਾ ਤੁਸੀਂ ਸਾਰਿਆਂ ਨੇ ਘਰ ਆਨੰਦ ਮਾਣਿਆ ਹੋਏਗਾ ਪਲੀਜ਼ ਆਖਿਰ ਵਿੱਚ ਮੈਂ ਬਾਰ ਬਾਰ ਕਹਾਂਗਾ ਅਕਾਲ ਚੱਲਣ ਤੁਹਾਡਾ ਆਪਣਾ ਚੱਲਣ ਹੈ ਭਾਅ ਜੀ ਨੇ ਵੀ ਕਿਹਾ ਕਿ ਹਟੇ ਨੇ ਤੁਸੀਂ ਇਹਨੂੰ ਸਪੋਰਟ ਕਰੋ ਇਹ ਤੁਹਾਡੇ ਨਾਲ ਅਸੀਂ ਬੜੀ ਉੱਚੀ ਹਾਲੀ ਸਾਡੀ ਮੰਜ਼ਿਲ ਹੈ ਬੜੀ ਦੂਰ ਤੱਕ ਪਹੁੰਚਣਾ ਜਿੱਥੇ ਤੱਕ ਤੁਸੀਂ ਦੇਖ ਵੀ ਨਹੀਂ ਸਕਦੇ ਉੱਥੇ ਤੱਕ ਪਹੁੰਚਣਾ ਭਾਅ ਜੀ ਬਿਲਕੁਲ ਸੱਚੀ ਗੱਲ ਹਾਂਜੀ ਚਲੋ ਪ੍ਰੀਤੀ ਸਮਾਪਤੀ ਕਰੀਏ ਥੈਂਕ ਯੂ ਤੁਹਾਡਾ ਸਾਰਿਆਂ ਦਾ ਅਗੇਨ ਵਾਂਸ ਅਗੇਨ ਤੁਹਾਨੂੰ ਸਾਰਿਆਂ ਨੂੰ ਵਧਾਈਆਂ
ਸਾਡੇ ਗੁਰੂ ਨਾਨਕ ਦੇਵ ਜੀ ਦਾ। ਅੱਛੀ ਤਰ੍ਹਾਂ ਤੁਸੀਂ ਪ੍ਰੋਗਰਾਮ ਦੇਖਦੇ ਰਹੋ, ਨੈਕਸਟ ਵੀਕ ਫਿਰ ਤੁਹਾਡੇ ਨਾਲ ਮੁਲਾਕਾਤ ਹੋਗੀ। ਤਬ ਤੱਕ ਰੱਬ ਰੱਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।